ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਤਾਂ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਰਕਾਰੀ ਬੈਂਕ ਦੇ ਵਿੱਚ ਜਿਹੜੀਆਂ ਅਸਾਮੀਆਂ ਭਰਨ ਦਾ ਐਲਾਨ ਹੋਇਆ ਹੈ ਤਾਂ ਜਾਣਕਾਰੀ ਆ ਚੁੱਕੀ ਹੈ ਆਖਰੀ ਮਿਤੀ ਉਮਰ ਅਤੇ ਫੀਸ ਅਤੇ ਕਿੱਥੇ-ਕਿੱਥੇ ਇਹ ਪੋਸਟਾਂ ਆਈਆਂ ਨੇ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਇਸੇ ਤਰ੍ਹਾਂ ਤੁਹਾਨੂੰ ਡੇਲੀ ਅਪਡੇਟਸ ਮਿਲਦੀ ਰਹਿਣ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਆਲ ਤੇ ਪ੍ਰੈਸ ਜਰੂਰ ਕਰ ਲਿਓ ਇਸ ਤੋਂ ਇਲਾਵਾ ਤੁਸੀਂ ਸਾਨੂੰ Facebook ਤੇ ਜਿਹੜਾ ਪੇਜ ਹੈ ਉਸਤੇ ਵੀ ਫੋਲੋ ਕਰ ਸਕਦੇ ਹੋ ਉਸ ਦਾ ਨਾਮ ਵੀ ਜਿਹੜਾ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਹੈ ਤਾਂ ਸ਼ੇਅਰ ਕਰਦੇ ਆਂ ਜੀ ਪੂਰੀ ਜਾਣਕਾਰੀ ਤਾਂ ਬੈਂਕ ਵਿੱਚ ਨੌਕਰੀ ਸਰਕਾਰੀ ਨੌਕਰੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਇੱਕ ਚੰਗਾ ਮੌਕਾ ਹੈ ਤਾਂ ਬੈਂਕ ਆਫ ਮਹਾਰਾਸ਼ਟਰ ਨੇ ਸਪੋਰਟਸ ਕੋਟੇ ਦੇ ਤਹਿਤ ਗਾਹਕ ਸੇਵਾ ਐਸੋਸੀਏਟ ਕਲਰਕ ਦੀਆਂ ਅਸਾਮੀਆਂ ਭਰਨ ਦਾ ਐਲਾਨ ਜਿਹੜਾ ਕੀਤਾ ਹੈ ਤਾਂ ਤੁਸੀਂ ਵੀ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਹੋ ਯੋਗ ਹੋ ਤਾਂ ਬੈਂਕ ਆਫ ਮਹਾਰਾਸ਼ਟਰ ਦੀ ਅਧਿਕਾਰਤ ਵੈਬਸਾਈਟ ਹੈ bankofmaharashtra.in ਇਸ ਤੇ ਐਪਲੀਕੇਸ਼ਨ ਹੈ ਜਿਹੜੀ ਦੇ ਸਕਦੇ ਹਾਂ ਤਾਂ ਇਹਨਾਂ ਅਸਾਮੀਆਂ ਲਈ ਅਰਜੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਚੁੱਕੀ ਹੈ ਬੈਂਕ ਆਫ ਮਹਾਰਾਸ਼ਟਰ ਦੀ ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ 8 ਜੁਲਾਈ ਨੂੰ ਜਾਂ ਫਿਰ ਇਸ ਤੋਂ ਪਹਿਲਾਂ ਅਪਲਾਈ ਜਿਹੜਾ ਕਰ ਸਕਦੇ ਐ ਇਸ ਭਰਤੀ ਰਾਹੀਂ ਕੁੱਲ 12 ਅਸਾਮੀਆਂ ਜਿਹੜੀਆਂ ਭਰੀਆਂ ਜਾਣੀਆਂ ਨੇ ਤਾਂ ਇਸ ਭਰਤੀ ਲਈ ਉਮਰ ਸੀਮਾ ਦੀ ਗੱਲ ਕਰੀਏ ਤਾਂ ਘੱਟੋ-ਘੱਟ ਉਮਰ ਸੀਮਾ 18 ਸਾਲ ਹੈ ਵੱਧ ਤੋਂ ਵੱਧ ਉਮਰ ਸੀਮਾ 25 ਸਾਲ ਆ ਜਿਹੜੀ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਹੀ ਉਹ ਇਹਨਾਂ ਅਸਾਮੀਆਂ ਲਈ ਅਪਲਾਈ ਆ ਜਿਹੜਾ ਕਰ ਸਕਦੇ ਆ ਯੋਗਤਾ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਪਾਸ ਜਾਂ ਇਸ ਦੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ ਤੇ ਨਾਲ ਹੀ ਖੇਡ ਪੜਾਅ ਦੇ ਅੰਤ ਦੇ 5 ਸਾਲਾਂ ਦੇ ਅੰਦਰ ਗ੍ਰੈਜੂਏਟ ਡਿਗਰੀ ਜਾਂ ਫਿਰ ਇਸ ਦੇ ਬਰਾਬਰ ਦੀ ਯੋਗਤਾ ਜਿਹੜੀ ਹੋਣੀ ਚਾਹੀਦੀ ਹੈ ਅੱਗੇ ਗੱਲ ਕਰੀਏ ਸਿਲੈਕਸ਼ਨ ਪ੍ਰੋਸੈਸ ਤੇ ਤਨਖਾਹ ਦੀ ਤਾਂ ਜੋ ਵੀ ਉਮੀਦਵਾਰ ਇਹਨਾਂ ਅਸਾਮੀਆਂ ਇਹਨਾਂ ਭਰਤੀ ਦੀ ਸਿਲੈਕਟ ਹੋਊਗਾ ਤਾਂ ਉਸ ਨੂੰ ਜਿਹੜੀ 64440 ਰੁਪਏ ਤਨਖਾਹ ਜਿਹੜੀ ਦਿੱਤੀ ਜਾਣੀ ਹੈ ਤਾਂ ਇਸ ਭਰਤੀ ਲਈ ਫੀਸ ਦੀ ਕਰ ਕਰੀਏ ਜਨਰਲ EWS OBC ਸ਼੍ਰੇਣੀ ਨਾਲ ਸੰਬੰਧਤ ਉਮੀਦਵਾਰਾਂ ਲਈ ਅਰਜੀ ਫੀਸ 590 ਰੁਪਏ ਹੈ ST SC ਸ਼੍ਰੇਣੀ ਨਾਲ ਸੰਬੰਧਤ ਉਮੀਦਵਾਰਾਂ ਲਈ ਅਰਜੀ ਫੀਸ 118 ਰੁਪਏ ਜੜੀ ਰੱਖੀ ਗਈ ਹੈ ਤੁਸੀਂ ਖੁਦ ਵੀ ਇਹਨਾਂ ਸਮਝ ਲੈ ਅਪਲਾਈ ਜਿਹੜਾ ਕਰ ਸਕਦੇ ਹੋ ਤਾਂ ਇੱਥੇ ਸਾਰੀ ਡਿਟੇਲ ਹੈ ਜਿਹੜੀ ਇਹਦੇ ਵਿੱਚ ਦਿੱਤੀ ਗਈ ਹੈ ਐਡਰੈਸ ਵੀ ਹੈ ਜਿਹੜਾ ਇਹਦੇ ਵਿੱਚ ਦਿੱਤਾ ਗਿਆ ਜੋ ਵੀ ਫਾਰਮ ਫਿਲ ਕਰਨਾ ਹੈ ਜੋ ਵੀ ਫਾਰਮੈਟ ਭਰਨਾ ਤੁਸੀਂ ਨੇ ਪਾ ਇਹਦੇ ਵਿੱਚ ਸਾਰਾ ਇਹ ਐਡਰੈਸ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਤਾਂ ਡਾਕ ਰਾਹੀਂ ਵੀ ਜਿਹੜਾ ਭੇਜ ਸਕਦੇ ਹੋ ਆਨਲਾਈਨ ਵੀ ਜਿਹੜਾ ਭੇਜ ਸਕਦੇ ਹੋ ਭਰ ਸਕਦੇ ਹੋ ਤਾਂ ਦੋਨੋਂ ਤਰ੍ਹਾਂ ਦੀਆਂ ਆਪਸ਼ਨਾਂ ਇਹਦੇ ਵਿੱਚ ਹੈਗੀਆਂ ਨੇ ਤਾਂ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ